ਸਾਹਿਤ ਨਾਲ ਪੰਜਾਬੀ ਅਦਬ ਨਾਲ ਤੇ ਪੰਜਾਬੀ ਸਭਿਆਚਾਰ ਨਾਲ ਮੁਹੱਬਤ ਕਰਨ ਵਾਲੇ ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਦਸਤਾਵੇਜ਼ YouTube ਚੈਨਲ ਤੇ ਤੁਹਾਡੇ ਆਪਣੇ ਹੀ ਨਿਰੰਜਨ ਬੋਹਾ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਦੋਸਤੋ ਇਸ ਚੈਨਲ ਤੇ ਹਰ ਬੁੱਧਵਾਰ ਵਾਲੇ ਦਿਨ ਅਸੀਂ ਪੰਜਾਬੀ ਸਾਹਿਤ ਦੀ ਕਿਸੇ ਚਚਤ ਉਹੀ ਪੁਸਤਕ ਦੀ ਚਰਚਾ ਨੂੰ ਹੋਰ ਅੱਗੇ ਤੋਰਨ ਦਾ ਯਤਨ ਕਰਦੇ ਆਂ ਤੇ ਇਸੇ ਲੜੀ ਤਹਿਤ ਅਧਿਆਪਾ ਸਾਡੇ ਪ੍ਰਬੁੱਧ ਗਜ਼ਲਗੋ ਦੋਹਾਕਾਰ ਤੇ ਵਾਰਤਕ ਲੇਖਕ ਜਨਾਬ ਅਮਰ ਸੂਫੀ ਦੇ ਦੋਹਾ ਸੰਗ੍ਰਹਿ ਰਾਜ਼ ਕਰੇਂਦੇ ਰਾਜਾ ਬਾਰੇ ਕੁਝ ਗੱਲਾਂ ਕਰਾਂਗੇ ਦੋਸਤੋ ਦੋਹਾ ਪੰਜਾਬੀ ਸਹਿਦ ਦੀ ਪ੍ਰਤਨ ਕਾਵਿ ਵਿਦਾ ਪਰੰਪਰਾਗਤ ਰੂਪ ਚ ਇਸ ਵਿਦਾ ਦਾ ਸੰਬੰਧ ਧਾਰਮਿਕ ਜਾਂ ਭਗਤੀ ਸਾਹਿਤ ਤੇ ਸੰਗੀਤ ਦੇ ਨਾਲ ਰਿਹਾ ਪਰ ਬਦਲਦੇ ਸਮੇਂ ਦੇ ਸੰਦਰਭ ਚ ਜੀਵਨ ਦੇ ਨਵੇਂ ਭਾਵਬੋਧ ਵੀ ਇਸ ਦੀ ਵਿਅਕਤੀ ਦਾ ਮਾਧਿਅਮ ਬਣ ਲੱਗ ਪਏ ਨੇ ਪੰਜਾਬੀ ਗਜ਼ਲ ਵਾਰਤਕ ਤੇ ਬਾਲ ਕਾਵ ਦੇ ਖੇਤਰ ਚ ਉੱਗੜਵੀ ਪਛਾਣ ਰੱਖਣ ਵਾਲੇ ਸਾਡੇ ਲੇਖਕ ਅਮਰ ਸੂਫੀ ਨੇ ਇਸ ਪ੍ਰਾਤਨ ਕਾਵਿਧਨ ਨੂੰ ਨਵੇਂ ਵਿਚਾਰਧਾਰਕ ਨਜ਼ਰੀਏ ਅਨੁਸਾਰ ਪੇਸ਼ ਕਰਨ ਦੇ ਮਾਮਲੇ 'ਚ ਵਿਸ਼ੇਸ਼ ਸਫਲਤਾ ਪ੍ਰਾਪਤ ਕੀਤੀ ਹੈ ਉਸ ਦੀ ਹਥਲੀ ਪੁਸਤਕ ਰਾਜ ਕੇਂਦ ਦੇ ਰਾਜਾ ਤੋਂ ਪਹਿਲਾਂ ਉਹ ਇੱਕ ਆਰਤਿਕ ਪੁਸਤਕ ਨਿੱਕੀ ਜਿਹੀ ਗੱਲ ਤੇ ਇੱਕ ਬਾਲ ਕਾਵ ਸੰਗ੍ਰਹਿ ਬੀਬੇ ਰਾਣੀ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਿਆ ਹੈ ਇਸ ਦੋਹਾ ਪੁਸਤਕ ਵਿੱਚ ਲੇਖਕ ਨੇ 678 ਆਧੁਨਿਕ ਦੋਹੇ ਸ਼ਾਮਲ ਕੀਤੇ ਨੇ ਇਹ ਦੋਹੇ ਸਮਾਜਿਕ ਤੇ ਰਾਜਨੀਤਿਕ யਥਾਰਤ ਦੀਆਂ ਸਮਕਲীন ਸਥਿਤੀਆਂ ਨਾਲ ਵਾਸਤਾ ਹੁੰਦਿਆਂ ਵੀ ਇਸ ਦੀ ਅੰਦਰੂਨੀ ਵਾਸਵਿਕਤਾ ਨੂੰ ਉਘੇੜਨ ਦਾ ਕਾਰਜ ਬਾਖੂਬੀ ਕਰਦੇ ਨੇ ਇਸ ਪੁਸਤਕ ਵਿੱਚਲੇ ਦੋਹੇ ਰਾਜਸਤਾ ਤੇ ਸਥਾਪਤੀ ਵੱਲੋਂ ਸਿਰਜੇ ਸਤਾ ਪਰਵਚਨ ਦੇ ਸਮਾਂਤਰ ਇੱਕ ਇਹੋ ਜਿਹੇ ਲੋਕ ਪਰਵਚਨ ਦੀ ਸਿਰਜਣਾ ਕਰਦੇ ਨੇ ਜੋ ਸਤਾ ਦੇ ਪਰਵਚਨ ਦੀ ਘਾਟ ਵੀ ਕਰਦਾ ਹੈ ਤੇ ਸਤਾਧਾਰੀ ਲੋਕਾਂ ਨੂੰ ਲੋਕ ਹੱਥ 'ਚ ਜਵਾਬ ਦੇ ਵੀ ਬਣਾਉਂਦਾ ਹੈ ਜਦੋਂ ਦੇਸ਼ ਦੀ ਰਾਜ ਸਤਾ ਦਾ ਪਰਵਚਨ ਲੋਕਾਂ ਦੀ ਬਜਾਏ ਉਹਨਾਂ ਦੇ ਹੱਕਾਂ ਤੇ ਹਿੱਤਾਂ ਦਾ ਘਾਣ ਕਰਨ ਵਾਲਿਆਂ ਜੋਕਾਂ ਦੇ ਹੱਕ ਚ ਭੁਗਤਦਾ ਹੈ ਤਾਂ ਸ਼ਹਿਰ ਸੁਖੀ ਵੱਲੋਂ ਸਿਰਜਿਆ ਲੋਕ ਪਰਵਚਨ ਉਸ ਦੇ ਰਾਹ ਦੀ ਰੁਕਾਵਟ ਬਣਦਾ ਹੈ ਜਦੋਂ ਸਤਾ ਪਖ ਧਰਤੀ ਨੂੰ ਮਾਂ ਤੇ ਪਾਣੀ ਨੂੰ ਪਿਤਾ ਸਮਝਣ ਵਾਲੇ ਲੋਕਾਂ ਕੋਲੋਂ ਇਕ ਕੁਦਰਤੀ ਸਰੋਤ ਹੋ ਕੇ ਕਾਰਪੋਰੇਟ જગਤ ਦੇ ਹਵਾਲੇ ਕਰਨਾ ਚਾਹੁੰਦਾ ਹੈ ਤਾਂ ਇਹ ਲੋਕ ਪ੍ਰਵਚਨ ਉਸ ਨੂੰ ਚੇਤਾਵਨੀ ਦਿੰਦਾ ਹੈ ਕਿ ਇਨ੍ਹਾਂ ਸਰੋਤਾ ਨਾਲ ਮਾਨਸਿਕ ਤੌਰ ਤੇ ਜੁੜੇ ਕਿਸਾਨ ਤੇ ਮਜ਼ਦੂਰ ਕਿਸੇ ਵੀ ਕੀਮਤ ਤੇ ਉਸ ਦੇ ਇਰਾਦੇ ਦੀ ਪੂਰਤੀ ਨਹੀਂ ਹੋਣ ਦੇਣਗੇ ਸਗਰੈ ਦਾ ਪ੍ਰਵੇਸ਼ ਦੁਆਰ ਬਣਿਆ ਪਹਿਲਾ ਹੀ ਦੋਹਾ ਕੁਦਰਤੀ শ্রোਤਾ ਤੇ ਕਿਸਾਨ ਮਜ਼ਦੂਰ ਦੇ ਹੱਕਾਂ ਦੀ ਪੈਰਵਾਈ ਕਰਦਿਆਂ ਸਤਾ ਪੱਖ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਲੋਕ ਹੱਕਾਂ ਨੂੰ ਭੀਖ ਸਮਝਣ ਦਾ ਭੁਲੇਖਾ ਨਾ ਖਾਵੇ ਰਾਜ ਕਰਿੰਦੇ ਰਾਜਿਆ ਕਰਦੇ ਗੱਲ ਨਸੰਗ ਹੱਕ ਅਸੀਂ ਹਾਂ ਮੰਗਦੇ ਭੀਖ ਰਹਿ ਨਾ ਮੰਗ ਇਸ ਪੁਸਤਕ ਵਿਚਲੇ ਹਰ ਦੋਹੇ ਦੀ ਸ਼ੁਰੂਆਤ ਰਾਜ ਕਰੇਂਦੇ ਰਾਜਿਆ ਦੀ ਸੰਬੋਧਨੀ ਸੁਰ ਨਾਲ ਹੁੰਦੀ ਹੈ ਇਹ ਸੁਰ ਸਹਿਜ ਸੁਵੰਦੀ ਨਹੀਂ ਸਗੋਂ ਤਲਖੀ ਭਰਪੂਰ ਹੈ ਜਦੋਂ ਰਾਜ ਕਰਦਾ ਰਾਜਾ ਜਨਤਾ ਦੁਆਰਾ ਵੋਟ ਪ੍ਰਣਾਲੀ ਰਾਹੀਂ ਚੁਣਿਆ ਹੋ ਕੇ ਵੀ ਲੋਕਾਂ ਦੀ ਬਜਾਏ ਉਨ੍ਹਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਦਾ ਪੱਖਪੂਰਨ ਲੱਗ ਪਵੇ ਤਾਂ ਲੋਕ ਤੇਰੇ ਬੜੇ ਕਿਸੇ ਲੇਖਕ ਨਾਲ ਉਸ ਦੇ ਸਬੰਧ ਸਹਿਜ ਤੇ ਸੁਖਾਵੇਂ ਨਹੀਂ ਰਹਿ ਸਕਦੇ ਰਾਜਾ ਲੋਕਤੰਤਰ ਦਾ ਪਰਪੰਚ ਰਚ ਕੇ ਲੋਕ ਹਤੂ ਹੋਣ ਦਾ ਭਰਮ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ਤਾ ਸੁਫੀ ਦੇ ਦੋਹੇ ਅਜੋਕੇ ਲੋਕਤੰਤਰ ਦੇ ਅਲੋਕਤੰਤਰੀ ਵਿਵਹਾਰ ਦੇ ਬਖੀਏ ਦੇੜ ਕੇ ਉਸ ਨੂੰ ਲੋਕ ਕਚਰੀ ਚ ਜਵਾਬਦੇ ਬਣਾਉਣ ਦਾ ਰਾਹ ਚੁਣਦੇ ਨੇ ਇਹ ਦੋਹੇ ਸੂਬੇ ਤੋਂ ਲੈ ਕੇ ਕੇਂਦਰੀ ਸਤਾਤ ਤੱਕ ਦੇ ਰਾਜਿਆਂ ਵੱਲੋਂ ਲੋਕਤੰਤਰੀ ਭਾਵਨਾਵਾਂ ਨਾਲ ਕੀਤੇ ਖਿਲਵਾੜ ਦਾ ਕੱਚਾ ਚਿੱਠਾ ਪੇਸ਼ ਕਰਦੇ ਨੇ ਤਾਂ ਪਾਟਕੀ ਮਨਾਂ 'ਚ ਅਜੋਕੀ ਰਾਜਸਤਾ ਪ੍ਰਤੀ ਮੋਹ ਭੰਗਤਾ ਦੇ ਭਾਵ ਪੈਦਾ ਹੋਣ ਲੱਗਦੇ ਨੇ ਰਾਜ ਕਰੇਂਦੇ ਰਾਜਿਆ ਸੱਚ ਵਿਖਾਵੇ ਰੰਗ ਅਣਖ ਜਮੀਰਾਂ ਵਾਲੜੇ ਛੱਡੀ ਜਾਂਦੇ ਸੰਗ ਅਜੋਕੇ ਵੋਟ ਪ੍ਰਣਾਲੀ ਰਾਹੀਂ ਰਾਜ ਸਤਾ ਤੇ ਕਬਜ਼ਾ ਕਰ ਚੁੱਕੇ ਜਾਂ ਕਬਜ਼ਾ ਕਰਨ ਦੀ ਛਾ ਰੱਖਣ ਵਾਲੇ ਹਰ ਸਿਆਸੀ ਰੰਗ ਦੇ ਰਾਜੇ ਨੂੰ ਲੇਖਕ ਇੱਕੋ ਜਿਹੀ ਕੈਰੀ ਨਜ਼ਰ ਨਾਲ ਵੇਖਦਾ ਹੈ ਕੀੜਾ ਰਾਜਾ ਕਿਸ ਸਿਆਸੀ ਧਰ ਨਾਲ ਜੁੜਿਆ ਹੈ ਦੂਹਾ ਕਾਰਨ ਇਸ ਗੱਲ ਨਾਲ ਕੋਈ ਸਿਰੋਕਾਰ ਨਹੀਂ ਸਗੋਂ ਉਹ ਹਰ ਰਾਜੇ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਉਸ ਦੇ ਲੋਕਪੱਖੀ ਜਾਂ ਲੋਕ ਵਿਰੋਧੀ ਕਿਰਦਾਰ ਅਨੁਸਾਰ ਹੀ ਕਰਦਾ ਹੈ ਇਸੇ ਲਈ ਕਾਂਗਰਸੀ ਭਾਜਪਾ ਤੇ ਅਕਾਲੀ ਜਾ ਆਮ ਆਦਮੀ ਪਾਰਟੀ ਵਾਲੇ ਸਾਰੇ ਤਰ੍ਹਾਂ ਦੇ ਰਾਜੇ ਬਿਨਾਂ ਕਿਸੇ ਭੇਦ ਭਾਵ ਤੋਂ ਉਸਤਿਆਂ ਅੱਖਾਂ ਦੀ ੜਕਨ ਨੇ ਇਸ ਦੋਹਾ ਲੜੀ ਦਾ ਆਖਰੀ ਦੋਹਾ ਵਖ ਵਖ ਸਿਆਸੀ ਧਿਰਾਂ ਨਾਲ ਸੰਬੰਧਿਤ ਰਾਜਿਆਂ ਨੂੰ ਚੇਤਾਵਨੀ ਭਰੀ ਸਮਝੌਤੀ ਦਿੰਦਾ ਹੈ ਕਿ ਜੇ ਲੋਕ ਉਹਨਾਂ ਦੇ ਸ਼ਰਮਾਇਦਾਰ ਪੱਖੀ ਨੀਤੀ ਤੋਂ ਆਕੀ ਹੋ ਕੇ ਚੇਤਨ ਤੇ ਸੰਗਠਿਤ ਏਕਾ ਉਸਾਰਨ ਦੇ ਰਾਹ ਪੈ ਗਏ ਤਾਂ ਉਹਨਾਂ ਦੇ ਭਾਈਵਾਲ ਕਾਰਪੋਰੇਟ જગਤ ਦਾ ਖਾਤਮਾ ਯਕੀਨੀ ਤੌਰ ਤੇ ਹੋ ਜਾਵੇਗਾ ਰਾਜ ਕਰਿੰਦੇ ਰਾਜਾ ਵੱਡੀ ਤਾਕਤ ਲੋਕ ਸੂਫੀ ਪਾਉਂਦੇ ਭਾਜੜਾ ਤੋੜ ਭਗਾਉਂਦੇ ਜੋਕ ਇਹ ਦੋਹੇ ਕਿਸੇ ਪ੍ਰਾਤਨ ਕਾਵ ਵਿਦਾ ਦੇ ਕਾਵ ਸ਼ਾਸਤਰੀ ਨਿਜ਼ਮਾਤ ਤੇ ਪਾਬੰਦੀਆਂ ਦੀ ਪਾਲਣਾ ਇੰਨੀ ਕੜਾਈ ਨਾਲ ਕਰਦੇ ਨੇ ਕਿ ਮਰਹੂਮ ਲੋਕ ਸ਼ਾਇਰ ਮਹਿੰਦਰ ਸਾਥੀ ਉਸ ਦੀ ਕਲਾ ਪੁਖਤਗੀ ਦੇ ਮਾਨ ਕਰਦਾ ਹੈ ਤੇ ਸ਼ਾਇਰ ਸੁਲੱਖਣ ਸਰਦੀ ਉਸ ਨੂੰ ਪਿੰਗਲ ਤੇ ਅਰੂਜ ਦਾ ਜਾਤਾ ਪ੍ਰਬੁੱਧ ਸ਼ਾਇਰ ਮੰਨਦਾ ਹੈ 217 ਦੇ ਤੁਕਾਂ ਦੇ ਮੇਲ ਰਾਹੀਂ ਲੇਖਕ ਭਾਰਤੀ ਰਾਜਨੀਤੀ ਦੀਆਂ ਬਹੁਤ ਸਾਰੀਆਂ ਡੂੰਘੀਆਂ ਨਮਜਾਂ ਨੂੰ ਪੇਸ਼ ਕਰਨ 'ਚ ਸਫਲ ਰਿਹਾ ਹੈ ਗੰਭੀਰ ਤੇ ਸੰਜੀਦਾ ਵਿਅੰਗ ਉਸ ਦੇ ਦੋਹਾ ਸੰਸਾਰ ਦੇ ਵਿਚਾਰ ਧਾਰਕ ਪ੍ਰਬੰਧ ਨੂੰ ਤਿੱਖਾ ਤੇ ਪ੍ਰਭਾਵੀ ਬਣਾਉਣ ਚ ਸਹਾਇੀ ਬਣਦਾ ਹੈ ਮੈਂ ਨਾਮਵਰ ਸ਼ਾਇਰ ਦੀ ਇਸ ਦੋਹਾ ਮਟਕੀ ਦਾ ਮਨੋਂ ਸਵਾਗਤ ਕਰਦਾ